ਮੋਸੋ ਨਾ ਦੀਨ ਦਇਆਲ ਨਾ ਤੁਮ ਸਰ ਮੋਸੋ ਅਗਿਆਨ ਨਾ ਤੋਸੋ ਵਿਚਾਰੀ ਮੋਸੋ ਨਾ ਪਤਤ ਪਾਵਨ ਨਾ ਤੋ ਸਰ ਮੋਸੋ ਅਗਿਆਨ ਮੋਸੋ ਨਾ ਪਤਤ ਪਾਵਨ ਨਾ ਤੋ ਸਰ ਮੋਸੋ ਬੇਕਾਰੀ ਨਾ ਤੋਸੋ ਉਪਕਾਰੀ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤ ਰਸਾਤਲ ਓਟ ਤਿਹਾਰੀ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਕਰੁਣਾ ਨਿਧਾਨ ਭਗਤ ਵਛਲ ਕਿਰਪਾਲੂ ਦਿਆਲੂ ਅੰਤਰਜਾਮੀ ਗਰੀਬ ਨਵਾਜ ਪਾਤਸ਼ਾਹ
ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਔਰ ਪਵਿੱਤਰ ਚਰਨਾਂ ਵਿੱਚ ਜੁੜ ਬੈਠੇ ਹਾਂ। ਆਓ ਸਾਹਿਬੇ ਕਮਾਲ ਸਤਿਗੁਰੂ, ਧੰਨ 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 ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਖਸ਼ਿਸ਼ ਦੁਹਰਾਓ, ਕੋਈ ਰਸਨਾ ਵਾਂਝੀ ਨਾ ਰਹਿ ਜਾਵੇ। ਸਾਰੇ ਸਤਿਗੁਰਾਂ ਨੂੰ ਸੀਸ ਨਵਾਓ, ਗੱਜ ਕੇ ਫਤਿਹ ਬੁਲਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮੇਰੇ ਤੋਂ ਪਹਿਲਾਂ ਆਪ ਜੀ ਜਥਿਆਂ ਪਾਸੋਂ ਵੀ ਔਰ ਹੋਰ ਗੁਰੂ ਸਵਾਰੀਆਂ ਨਾਮ ਵਿੱਚ ਰੰਗੀਆਂ ਹੋਈਆਂ ਰੂਹਾਂ ਤੋਂ ਵੀ ਆਨੰਦ ਮਾਣਿਆ ਹੈ। ਸੋ ਸਾਧ ਸੰਗਤ ਜੋ ਵੀ ਉਹਨਾਂ ਦੇ ਮਨ ਦੇ ਵਲਵਲੇ ਹਨ ਉਹ ਤੁਹਾਡੇ ਵਿੱਚ ਰੱਖੇ ਨੇ। ਸੋ ਸਾਧ ਸੰਗਤ ਕਾਫੀ ਸਮੇਂ ਤੋਂ ਆਨੰਦ ਮਾਣ ਰਹੇ ਹੋ, ਅੱਜ ਸਮਾਂ ਭਾਵੇਂ ਬਹੁਤ ਉੱਪਰ ਦੀ ਹੋ ਗਿਆ ਪਰ ਫਿਰ ਵੀ ਬੜੇ ਟਿਕਾਅ ਵਿੱਚ ਬੜੀ ਸ਼ਾਂਤੀ ਨਾਲ ਸੰਗਤਾਂ ਬੈਠੀਆਂ। ਗਰਮੀ ਵੀ ਅੱਜ ਬਹੁਤ ਹੈ, ਅੱਗੇ ਨਾਲੋਂ ਵਧੇਰੇ ਹੈ, ਸੰਗਤ ਵੀ ਅੱਜ ਬਹੁਤ ਜ਼ਿਆਦਾ ਹੈ। ਜਿੰਨੀ ਸੰਗਤ ਪੰਡਾਲ 'ਚ ਬੈਠੀ ਹੈ ਇੰਨੀ ਹੀ ਆਲੇ ਦੁਆਲੇ ਵੀ ਫਿਰ ਰਹੀ ਹੈ, ਬਾਹਰ ਵੀ। ਪਰ ਆਓ ਲਾਹਾ ਲੈਣਾ ਚੰਗੇ ਸਰੋਤੇ ਬਣ ਕੇ, ਪੂਰਾ ਪੂਰਾ ਲਾਹਾ ਲੈਣਾ। ਸੁਣਨ ਵਾਲੇ ਨੂੰ ਆਨੰਦ ਉਦੋਂ ਆਉਂਦਾ ਜਦੋਂ ਮਨ ਜੁੜ ਜਾਵੇ, ਔਰ ਵਕਤੇ ਨੂੰ ਸੁਣਾਉਣ ਵਾਲੇ ਨੂੰ ਵੀ ਆਨੰਦ ਉਦੋਂ ਹੀ ਆਉਂਦਾ ਜਦੋਂ ਚੰਗੀ ਤਰ੍ਹਾਂ ਮਨ ਜੁੜ ਜਾਵੇ, ਧਿਆਨ ਟਿਕ ਜਾਵੇ। ਸੋ ਸਾਧ ਸੰਗਤ ਜਿਹੜੀ ਸੰਗਤ ਆ ਰਹੀ ਹੈ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ, ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਬਹਿ ਜਾਓ, ਕਿਸੇ ਨੂੰ ਪਤਾ ਹੀ ਨਾ ਲੱਗੇ ਕਿ ਅਸੀਂ ਮੱਥਾ ਟੇਕ ਰਹੇ ਹਾਂ, ਰੌਲਾ ਨਹੀਂ ਪਾਉਣਾ। ਜਿੱਥੇ ਜਿਵੇਂ ਆਈ ਜਾ ਰਹੇ ਹੋ, ਜੇ ਆਉਣਾ ਪਿੱਛੋਂ ਹੈ ਤਾਂ ਬਹਿਣਾ ਵੀ ਪਿੱਛੇ ਹੀ ਪਵੇਗਾ। ਸੋ ਜੇ ਅੱਗੇ ਬੈਠਣਾ ਫਿਰ ਅੱਗੋਂ ਆਉਣਾ ਚਾਹੀਦਾ, ਜਿੱਥੇ ਜਗ੍ਹਾ ਮਿਲੇ ਬਸ ਬੈਠੋ। ਸੋ ਜਿੱਥੇ ਸੰਗਤ ਦੇ ਦਰਸ਼ਨ ਹੋ ਰਹੇ ਨੇ ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ, ਔਰ ਸੰਤ ਬਾਬਾ ਰਣਜੀਤ ਸਿੰਘ ਜੀ ਵੀ ਆਏ ਨੇ ਦਰਸ਼ਨ ਦੀਦਾਰ, ਔਰ ਸਾਧ ਸੰਗਤ ਹੋਰ ਵੀ ਪਿਆਰ ਵਾਲੀਆਂ ਰੂਹਾਂ ਸਭ ਦੇ ਦਰਸ਼ਨ ਦੀਦਾਰ, ਸੰਗਤ ਦੇ ਦੀਦਾਰ, ਔਰ ਦੂਜਾ ਅੱਜ ਪੰਜ ਪਿਆਰਿਆਂ ਦੇ ਵੀ ਦਰਸ਼ਨ ਹੋਣੇ ਨੇ, ਭਾਵ ਗੁਰੂ ਰੂਪ ਪੰਥ ਖਾਲਸੇ ਦੇ ਦਰਸ਼ਨ ਹੋਣੇ। ਅੱਜ ਲਾਸਟ ਦੀਵਾਨ ਹੈ, ਸੰਗਤ ਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਜਿੱਥੇ ਵੀ ਆਖਰੀ ਦੀਵਾਨ ਹੋਵੇ ਅੰਮ੍ਰਿਤ ਸੰਚਾਰ ਹੁੰਦਾ, ਔਰ ਅੰਮ੍ਰਿਤ ਸੰਚਾਰ ਤੋਂ ਬਾਅਦ ਪੰਜ ਪਿਆਰੇ ਉਹ ਸੰਗਤ ਨੂੰ ਲੈ ਕੇ, ਜਿਹੜੀ ਸੰਗਤ ਅੰਮ੍ਰਿਤ ਛਕਦੀ ਹੈ ਪੰਜ ਪਿਆਰੇ ਸਟੇਜ 'ਤੇ ਆਉਂਦੇ ਨੇ। ਅੱਜ ਵੀ ਪੰਜਾਂ ਪਿਆਰਿਆਂ ਨੇ ਸੰਗਤ ਨੂੰ ਨਾਲ ਲੈ ਕੇ ਸਟੇਜ 'ਤੇ ਪਹੁੰਚਣਾ। ਸੋ ਸੰਗਤ ਦੇ ਵੀ ਦਰਸ਼ਨ ਕਰੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵੀ ਦਰਸ਼ਨ ਔਰ ਗੁਰੂ ਰੂਪ ਪੰਥ ਖਾਲਸੇ ਦੇ ਵੀ ਦਰਸ਼ਨ ਕਰਨੇ। ਕਿੱਡੇ ਉੱਚੇ ਸੁੱਚੇ ਭਾਗ ਨੇ, ਪੂਰਬ ਕਰਮ ਅੰਕੁਰ ਜਾਂ ਪ੍ਰਗਟੇ, ਪੇਟਿਓ ਪੁਰਖ ਰਸਕ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਰਹਿੰਦਾ ਸਮਾਂ ਭਾਵੇਂ ਮੈਨੂੰ ਆਉਂਦਾ ਜਾਂਦਾ ਕੱਖ ਨਹੀਂ, ਸਤਿ ਸੰਗਤ ਜੀ ਤੁਹਾਡੀ ਆ ਚਰਨ ਧੂੜ ਲੈਣ ਵਾਸਤੇ ਸਤਿਗੁਰ ਮਿਹਰ ਕਰ ਦਿੰਦੇ ਆ ਮਹਾਂਪੁਰਸ਼ਾਂ ਦੀ ਅਸੀਸ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ। ਆਪ ਜੀ ਦਾ ਪਿਆਰ ਹੀ ਹੈ, ਆਉਂਦਾ ਹੈ ਨਹੀਂ, ਜੋ ਕੁਛ ਵੀ ਹੈ ਸੰਗਤ ਦੀ ਕਿਰਪਾ। ਸੋ ਆਓ ਥੋੜ੍ਹਾ ਸਮਾਂ ਪੂਰਨ ਇਕਾਗਰਤਾ ਬਣਾ ਕੇ ਬੈਠੀਏ। ਸੋ ਕੰਨਾਂ ਨੂੰ ਜੋ ਕਿ ਵਿਚਾਰ ਸੁਣਨ 'ਤੇ ਲਾ ਦਿਓ, ਅੱਖਾਂ ਦੇ ਨਾਲ ਮਹਾਰਾਜ ਜੀ ਦੇ ਦਰਸ਼ਨ ਦੀਦਾਰ, ਰਸਨਾ ਨਾਲ ਗੱਜ ਵੱਜ ਕੇ ਬੋਲਣਾ, ਸਾਰ ਰਸਨਾ ਧੰਨ ਧੰਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਕੇਰੇ ਰਾਮ। ਉਹ ਰਸਨਾ ਧੰਨ ਹੈ, ਉਹ ਜੀਵ ਧੰਨ ਹੈ ਜਿਹੜੀ ਵਾਹਿਗੁਰੂ ਦਾ ਨਾਮ ਜਪਦੀ। ਸੋ ਸਤਿ ਸੰਗਤ ਜੀ, ਰਸਨਾ ਨਾ ਜਪੈ ਨਾਮ, ਤਿਲ ਤਿਲ ਕਰ ਕੱਟੀਏ, ਜਿਹੜੀ ਜੇਬਾਂ ਨਾਮ ਨਹੀਂ ਜਪਦੀ ਤਿਲ ਤਿਲ ਕਰਕੇ ਕੱਟ ਦਈਏ, ਇਹੋ ਜਿਹੀ ਜੀਵ ਇੰਜ ਸਮ ਕਹਿ ਲਓ ਵੀ ਅੱਗੇ ਜਾ ਕੇ ਕੱਟੀ ਜਾਏਗੀ। ਸੋ ਸਾਧ ਸੰਗਤ ਜਿਹੜੀ ਜੀਵਾ ਨਾਮ ਜਪੇ ਉਹ ਰਸਨਾ ਨੂੰ ਧੰਨ ਆਖਿਆ, ਜਿਹੜੀ ਨਾਮ ਨਾ ਜਪੇ ਕਿੱਥੋਂ ਤੱਕ ਲਾਂਤਾਂ ਪਾਈਆਂ ਨੇ। ਸੋ ਸਾਧ ਸੰਗਤ ਜੀ, ਇਸ ਕਰਕੇ ਰਸਨਾ ਵੀ ਪਵਿੱਤਰ ਕਰਨੀ। ਬੱਚਾ ਸਕੂਲ ਵਿੱਚ ਚਲਿਆ ਜਾਵੇ, ਬੈਠਾ ਕਲਾਸ ਵਿੱਚ ਹੈ, ਅਧਿਆਪਕ ਟੀਚਰ ਉਹਦਾ ਹਾਜ਼ਰੀ ਲਾਉਂਦਾ, ਲਓ ਵੀ ਫਲਾਣਾ ਸਿੰਘ ਆਇਆ, ਹਾਂਜੀ ਆਇਆ, ਫਲਾਣਾ ਆਇਆ, ਆਇਆ ਜੀ, ਹਾਜ਼ਰ ਕਹਿ ਦਿਓ। ਆਖਿਰਕਾਰ ਇੱਕ ਬੱਚਾ ਐਸਾ ਵਿੱਚ ਬੈਠਾ ਹੈ, ਬੈਠਾ ਕਲਾਸ ਵਿੱਚ ਹੈ, ਧਿਆਨ ਕਿਸੇ ਪਾਸੇ ਹੋਰ ਹੋਣ ਕਰਕੇ ਟੀਚਰ ਨੇ ਤੇ ਹਾਜ਼ਰੀ ਲਾ ਦਿੱਤੀ, ਫਲਾਣਾ ਸਿੰਘ ਆਇਆ, ਬੈਠਾ ਵਿੱਚ ਹੈ ਪਰ ਬੋਲਿਆ ਹੀ ਨਹੀਂ, ਬੈਠਾ ਸੰਗਤ ਵਿੱਚ ਹੈ ਪਰ ਹੱਥ ਖੜਾ ਨਹੀਂ ਕੀਤਾ, ਬੈਠਾ ਸੰਗਤ ਵਿੱਚ ਹੈ ਬੋਲਿਆ ਨਹੀਂ, ਤੇ ਉੱਥੇ ਲੱਗ ਕੇ ਜਾਣਾ ਰਜਿਸਟਰ ਤੇ, ਇਹ ਨਹੀਂ ਲਿਖਣਾ ਹਾਜ਼ਰ, ਲਿਖ ਦੇਣਗੇ ਗੈਰ ਹਾਜ਼ਰ, ਵੀ ਆਇਆ ਹੀ ਨਹੀਂ।
ਬੈਠਾ ਤੇ ਵਿੱਚ ਲੱਗ ਗਈ ਗੈਰ ਹਾਜ਼ਰੀ। ਹੁਣ ਉਹੀ ਬੱਚਾ ਪੁੱਛੇ ਲਓ ਜੀ ਮੈਂ ਤੇ ਕਲਾਸ 'ਚ ਬੈਠਾ ਸੀ, ਤੁਸੀਂ ਮੇਰੀ ਗੈਰ ਹਾਜ਼ਰੀ ਕਿੱਦਾਂ ਲਾ ਦਿੱਤੀ? ਅੱਗੋਂ ਜਵਾਬ ਕੀ ਆਏਗਾ? ਬੈਠਾ ਤੇ ਕਲਾਸ ਵਿੱਚ ਸੀ ਪਰ ਤੂੰ ਬੋਲਿਆ ਹੀ ਨਹੀਂ। ਹਾਜ਼ਰੀ ਤੇ ਉਹਦੀ ਲੱਗਦੀ ਜਿਹੜਾ ਬੋਲੇ। ਸੋ ਇਸ ਕਰਕੇ ਇੱਥੇ ਵੀ ਸਾਡੀ ਪੂਰੀ ਹਾਜ਼ਰੀ ਉਦੋਂ ਹੀ ਲੱਗਦੀ ਹੈ ਜਦੋਂ ਅਸੀਂ ਗੱਜ